ਨਾਮ ਜਰਮਲ ਸਿੰਘ ਸਾਨੂੰ ਪ੍ਰਤਾਪ ਸਿੰਘ ਕਿਹੜਾ ਪਿੰਡ ਆ ਪਿੰਡ ਸੀਤੋਮਾਈ ਝੁੱਗੀ ਆ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਤੇ ਕੀ ਗੱਲ ਹੋਈ ਯਾਰ ਇਹ ਜੀ ਤੜਕੇ ਨੇਰ ਬਹੁਤ ਆਇਆ 4 ਕੁ ਵਜੇ ਦਾ ਟਾਈਮ ਸੀ ਤੇ ਬਹੁਤ ਜ਼ਿਆਦਾ ਕੁਦਰਤੀ ਆਫਤ ਹੋਈ ਆ ਤੇ ਆਪਣਾ ਨੁਕਸਾਨ ਕਾਫੀ ਹੋ ਗਿਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਇਹ ਸ਼ੈੱਡ ਸੀ ਆਪਣਾ ਜੀ ਸਾਰਾ ਮਤਲਬ ਕਿ ਉੱਡ ਗਿਆ ਨੇਰ ਦੇ ਨਾਲ ਰਾਤ ਥੱਲੇ ਸਮਾਨ ਬਹੁਤ ਹੀ ਕਾਫੀ ਨੁਕਸਾਨ ਹੋ ਗਿਆ ਟੁੱਟ ਭੱਜ ਗਿਆ ਥੱਲੇ ਕੋਈ ਡੰਗਰ ਡੁੰਗਰ ਤੋਂ ਬਚਾ ਹਾਂ ਡੰਗਰ ਡੁੰਗਰ ਤਾਂ ਬਚਾ ਮੇਨ ਜ਼ਿਆਦਾ ਨੁਕਸਾਨ ਉਹ ਤੋਂ ਸ਼ੈੱਡ ਦਾ ਹੋਇਆ ਟੀਨਾ ਟੂਨਾ ਸਭ ਟੁੱਟ ਗਈਆਂ ਕੋਈ ਉੱਡ ਗਈਆਂ ਕੋਈ ਪੱਠਿਆਂ ਟੋਕਾ ਸੀ ਥੱਲੇ ਆਪਣਾ ਉਹ ਟੁੱਟ ਗਿਆ ਕੋਈ ਥੱਲੇ ਵਿੱਚ ਇੱਕ ਏਸੀ ਸੀ ਉਹ ਵੀ ਟੁੱਟ ਗਿਆ ਕੋਈ ਡਰਮ ਡਰੂਮ ਸੀ ਆਪਣੇ ਕਣਕ ਵਾਲੇ ਸਾਰੇ ਖਰਾਬ ਹੋ ਗਏ ਉੱਪਰ ਭਾਰਤ ਨੁਕਸਾਨ ਜਿਹੜਾ ਡਾਡਾ ਹੋ ਚੁੱਕਾ ਨੁਕਸਾਨ ਤਕਰੀਬਨ ਕੋਈ 40-50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਆਪਣਾ ਕੀ ਮੰਗ ਕਰਦੇ ਮੰਗ ਇਹੋ ਹੀ ਪ੍ਰਸ਼ਾਸਨ ਗਾੜੀ ਕਿ ਅਸੀਂ ਕੋਈ ਸਾਡੀ ਮਤ ਸਹਾਇਤਾ ਕੀਤੀ ਜਾਵੇ ਕਿ ਅਸੀਂ ਫਿਰ ਤੋਂ ਇਹਨੂੰ ਮਤਲਬ ਕਿ ਮੁਰੰਮਤ ਕਰਾ ਸਕੀਏ ਬਣਾ ਸਕੀਏ ਮੇਰਾ ਨਾਮ ਜੀ ਰਵੇਲ ਸਿੰਘ ਜੀ ਕਿਹੜਾ ਪਿੰਡ ਆ ਪਿੰਡ ਸੀ ਤੋਂ ਮੈਂ ਝੁੱਗੀ ਹਾਂ ਕੀ ਗੱਲ ਹੋਈ ਯਾਰ ਸ਼ੈੱਡ ਨੂੰ ਸ਼ੈੱਡ ਵਿਆਹ ਵੀ ਹਨੇਰੀ ਆਈ ਆ ਤੇ ਹਨੇਰੀ ਆਣ ਕੇ ਤੇ ਉੱਡ ਗਿਆ ਸਾਰਾ ਹਨੇਰੀ ਆਣ ਕੇ ਤੇ ਆ ਸਾਰਾ ਉੱਡ ਕੇ ਤੇ ਸਾਰਾ ਡੇ ਪਿਆ ਵਾ ਥੱਲੇ ਡੰਗਰ ਵੀ ਸੀ ਉਹ ਵੀ ਸੱਟਾਂ ਸੁੱਟਾਂ ਲੱਗੀਆਂ ਵਾ ਡੰਗਰਾਂ ਨੂੰ ਅਤੇ ਆ ਕੰਪਿਊਟਰ ਕਰਾਇਆ ਵਾ ਉਹ ਵੀ ਥੱਲੇ ਵਾ ਫਿਰ ਟੁੱਟ ਟੁੱਟ ਗਿਆ ਸਾਰਾ ਸਮਾਨ ਵੀ ਥੱਲੇ ਆਣ ਕੇ ਤੇ ਜੋ ਕੁਛ ਹੈਗਾ ਉਹ ਟੁੱਟ ਗਿਆ ਵਾ ਕੀ ਮੰਗ ਕਰਦੇ ਹੋ ਮੰਗ ਹੋਣਾ ਇਹ ਸਰਕਾਰ ਤੋਂ ਇਹੋ ਕਰਦੇ ਵੀ ਜੋ ਜਾਣ ਜਾਣਾ ਹੋਵੇ ਸਾਨੂੰ ਦੇਣ ਕੋਈ ਨਾ ਕੋਈ ਖਰਾਬਾ ਜੋ ਬਣਦਾ ਵਾ ਅਤੇ ਨੁਕਸਾਨ ਸਾਡਾ 1,20,000 ਦੇ ਲੱਗ ਬਣੇ ਸਾਡਾ ਨੁਕਸਾਨ ਹੋ ਗਿਆ ਵਾ ਅਤੇ ਹੋਰ ਜੋ ਬਣਦਾ ਵਾ ਉਹ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕੀ ਆਪਣਾ ਪ੍ਰਤਾਪ ਸਿੰਘ ਜੀ ਕਿਹੜਾ ਪਿੰਡ ਆ ਸੀਤੋ ਅਤੇ ਕੀ ਗੱਲ ਹੋਈ ਵਾਲੇ ਸ਼ੈੱਡ ਦਾ ਸ਼ੈੱਡ ਤੜਕੇ 4 ਵਜੇ ਆਇਆ ਹਨੇਰ 'ਤੇ ਚੁੱਕੇ ਥੱਲੇ ਮਾਰਿਆ ਉਹਨੇ ਕਿੰਨਾ ਕੁ ਨੁਕਸਾਨ ਜਿਹੜਾ ਤੁਹਾਡਾ ਹੋ ਚੁੱਕਾ ਨੁਕਸਾਨ ਹੋਣ ਹਿਸਾਬ ਨਾਲ ਟੋਕਾ ਵੀ ਥੱਲੇ ਆਇਆ ਵਾ ਅਤੇ ਮਾਲ ਡੰਗਰ ਵੱਜ ਗਿਆ ਅਤੇ ਹੋਰ ਟੀਨਾ ਟੂਨਾ ਦੇ ਵਰਿਆ ਕੱਖ ਨਹੀਂ ਸੀ ਜਿਸ ਤਰ੍ਹਾਂ ਟੀਨਾ ਵੇਖਣ ਨੂੰ ਮਿਲਿਆ ਕਿ ਟੀਨਾ ਬਹੁਤ ਦੂਰ ਹਾਂ ਬਹੁਤ ਦੂਰ ਤੱਕ ਪਈਆਂ ਨੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੋਈ ਹੋਰ ਜਾਨ ਹੋਰ ਨਹੀਂ ਹੋਇਆ ਇੰਨਾ ਹੀ ਹੋਇਆ ਕੋਈ ਪਸ਼ੂਆਂ ਤਾਂ ਨਹੀਂ ਪਸ਼ੂਆਂ ਨੂੰ ਬਚਾਈ ਨਹੀਂ ਪਸ਼ੂਆਂ ਬਚਾਈ ਆ ਟਰੈਕਟਰ ਥੱਲੇ ਆਇਆ ਸੀ ਉਹ ਛੱਤਰੀ ਵਿੰਗੀ ਵੀ ਹੋਈ ਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਹਰੇ ਸਾਨੂੰ ਤੜਕੇ ਦਿਨੇ ਦੇ ਤੋਂ ਉੱਠੇ ਉਦੋਂ ਪਤਾ ਲੱਗਾ ਸੀ ਅੱਛਾ ਕੀ ਮੰਗ ਕਰਦੇ ਜੀ ਹੁਣ ਮੰਗ ਇਹੋ ਹੀ ਆ ਵੀ ਜੋ ਸਾਨੂੰ ਜੇ ਦੇ ਦੇਣੇ ਠੀਕ ਆ ਗੁਰਵੇਲ ਸਿੰਘ ਜੀ ਕਿਹੜਾ ਪਿੰਡ ਆ ਪਿੰਡ ਸੀ ਤੋਂ ਮੈਂ ਝੁੱਗੀ ਹਾਂ ਕੀ ਗੱਲ ਹੋਈ ਆ ਸ਼ੈੱਡ ਨੂੰ ਸ਼ੈੱਡ ਨੂੰ ਇੱਦਾਂ ਜੀ ਰਾਤ 4 ਵਜੇ ਤੜਕੇ ਜਦੋਂ ਹਨੇਰੀ ਆਈ ਆ ਉਦੋਂ ਮਤਲਬ ਕਿ ਥੱਲੇ ਡੰਗਰ ਵੀ ਵੱਜੇ ਸੀ ਕੰਪਿਊਟਰ ਕਰਾਇਆ ਵਾ ਖੜਾ ਸੀ ਅਤੇ ਮਤਲਬ ਕਿ ਉਹ ਵੇਲੇ ਹਨੇਰੀ ਦੇ ਨਾਲ ਸ਼ੈੱਡ ਜਿਹੜਾ ਵਾ ਥੱਲੇ ਡਿੱਗ ਪਿਆ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਅਤੇ ਨੁਕਸਾਨ ਐ ਟਾਈਮ ਦੇ ਉੱਤੇ 1,20,000 ਦਾ ਹੋ ਗਿਆ ਜੀ ਡੰਗਰਾਂ ਨੂੰ ਵੀ ਸੱਟਾਂ ਡੰਗਰਾਂ ਦੇ ਵੀ ਸੱਟਾਂ ਸੁੱਟਾਂ ਲੱਗੀਆਂ ਪੁੜਿਆਂ ਦੇ ਆ ਮਹਾਰਾਜ ਨੇ ਕਿਰਪਾ ਕਰਤੀ ਥੋੜ੍ਹਾ ਜਿਹਾ ਬਚਾਅ ਹੋ ਗਿਆ ਵਾ ਵੀ ਥੋੜ੍ਹਾ ਜਿਹਾ ਅੱਗੋਂ ਥੋੜ੍ਹਾ ਜਿਹਾ ਅੜਿਆ ਰਿਹਾ ਵਾ ਜੇ ਅੱਗੋਂ ਵੀ ਡਿੱਗ ਪੈਂਦਾ ਤਾਂ ਫਿਰ ਡੰਗਰ ਵੱਜਣੇ ਨਹੀਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਤੜਕੇ ਇੱਥੇ ਨਾਲ ਹੀ ਭਾਉ ਲੰਮੇ ਪਿਆ ਹੁੰਦਾ ਵਾ ਅਤੇ ਮੈਂ ਵੀ ਉੱਠਿਆ ਉਦੋਂ 4 ਵਜੇ ਜਦੋਂ ਹਨੇਰੀ ਆਈ ਜਨਰੇਟਰ ਜੂਟ ਢੱਕਣ ਡਿਆ ਹਾਂ ਅਤੇ ਹਨੇਰੀ ਬਹੁਤ ਜ਼ਿਆਦਾ ਤੇਜ਼ ਸੀ ਆ ਲਾਗੇ ਬੰਨੇ ਆ ਆਪਣੇ ਇੱਥੇ ਕਾਫੀ ਆ ਬਕੈਨ ਡਿੱਗੀ ਆ ਪਰੇ ਸਬੈਦਾ ਟੁੱਟਾ ਵਾ ਮੋਟਰ 'ਤੇ ਹਨੇਰ ਹੀ ਐਰਕੀ ਕੁਦਰਤ ਨਹੀਂ ਕਰੋਪੀ ਬਹੁਤ ਜ਼ਿਆਦਾ ਆ ਉਹ ਕੁਦਰਤ ਨਹੀਂ ਮਾਰ ਆ ਐਸੀ ਆ ਵੀ ਐਰਕੀ ਘਾਟੇ ਬੰਦਾ ਸਮਾਂ ਵਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਅਤੇ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਕੁਛ ਨਾ ਕੁਛ ਮਤਲਬ ਕਿ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਆ ਜਦੋਂ ਇਹੋ ਜਿਹੇ ਅਣਸਾਵੇਂ ਘਟਨਾਵਾਂ ਵਾਪਰਦੀਆਂ ਵਾ ਉਦੋਂ ਮੌਕੇ ਦੇ ਉੱਤੇ ਮਤਲਬ ਆ ਕੇ ਮੌਕਾ ਵੇਖ ਕੇ ਅਤੇ ਜਿਹੜਾ ਬਣਦਾ ਵਾ ਕਿਸੇ ਦਾ ਯੋਗਦਾਨ ਜਿੰਨਾ ਵੀ ਪਾ ਸਕਦੀ ਸਰਕਾਰ ਵੱਧ ਤੋਂ ਵੱਧ ਸਹਾਇਤਾ ਕਰੇ ਕਿਸਾਨਾਂ ਦੀ ਕਿਸਾਨ ਤਾਂ ਅੱਗੇ ਹੀ ਮਤਲਬ ਕਿ ਕਰਜ਼ੇ ਦੇ ਮਾਰੇ ਠਾਏ ਆ ਇਸ ਵਾਰ ਫਸਲ ਵੀ ਜਿਹੜੀ ਆ ਬੜੀ ਘੱਟ ਨਿਕਲੀ ਆ ਡਿੱਗੀ ਆ ਤੂੜੀ ਦੇ ਹੱਥੋਂ ਵੀ ਬਹੁਤ ਪਰੇਸ਼ਾਨ ਆ ਤੂੜੀ ਵੀ ਬੜੀ ਘੱਟ ਬਣੀ ਆ ਅਤੇ ਜਿਹੜੀ ਬਣੀ ਆ ਉਹ ਵੀ ਬੜੀ ਮਾੜੀ ਬਣੀ ਆ ਡੰਗਰ ਖਾ ਨਹੀਂ ਰਹੇ ਇਹ ਕਰਕੇ ਕਿਸਾਨ ਤਾਂ ਅੱਗੇ ਹੀ ਆਰਥ ਪੱਖੋਂ ਬਹੁਤ ਥੱਲੇ ਆਇਆ ਚੁੱਕਾ ਵਾ ਅਤੇ ਅਸੀਂ ਸਰਕਾਰ ਨੂੰ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਜੇ ਕੁਦਰਤ ਨੇ ਮਾਰ ਕੀਤੀ ਆ ਤਾਂ ਜਿੰਨਾ ਵੀ ਸਹਾਇਤਾ ਹੁੰਦੀ ਆ ਕਿਸਾਨਾਂ ਦੀ ਉਨੀ ਵੱਧ ਤੋਂ ਵੱਧ ਕੀਤੀ ਜਾਵੇ ਸਾਡੇ ਇਲਾਕੇ ਦੇ ਵਿੱਚ ਅਜੇ ਤੱਕ ਸਾਨੂੰ ਕੋਈ 1 ਪੰਜਾ ਵੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਖਰਾਬਾ ਜਾਂ ਕੋਈ ਸਾਨੂੰ ਮਤਲਬ ਕਿ ਦੁੱਖ ਵੇਲੇ ਸੁੱਖ ਵੇਲੇ ਆ ਕੇ ਕੋਈ ਮੌਕਾ ਵੇਖਿਆ ਪਟਵਾਰੀ ਨੇ ਇੱਕ ਮਾੜਾ ਜਿਹਾ ਫਾਰਮੈਲਿਟੀ ਪੂਰੀ ਕੀਤੀ ਆ ਕਿ ਉੱਥੇ ਬਹਿ ਕੇ ਮਾੜਾ ਜਿਹਾ ਨਾਂ ਲਿਖ ਲਏ ਆ ਉਹ ਤੋਂ ਬਾਅਦ ਦੇ ਵਿੱਚ ਕੁਛ ਵੀ ਨਹੀਂ ਕਿਸਾਨ ਦਾ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਇੱਕ ਦਾ ਨਹੀਂ ਸਾਰਿਆਂ ਦਾ ਹੋਇਆ ਪਿਆ ਵਾ ਅਤੇ ਇਸ ਕਰਕੇ ਸਰਕਾਰ ਨੂੰ ਖਾਸ ਕਰਕੇ ਇਹ ਗੱਲ ਵੱਲ ਧਿਆਨ ਦੇਣਾ ਚਾਹੀਦਾ ਵਾ ਕਿ ਜਦੋਂ ਇਹੋ ਜਿਹੇ ਜਾਨੀ ਮਾਲੀ ਨੁਕਸਾਨ ਹੁੰਦੇ ਆ ਉਦੋਂ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ।